ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ, ਖਾਸ ਤੌਰ 'ਤੇ ਇਹੋ ਜਿਹੀ ਫਿਲਮ ਬੜੇ ਵਿਭਾਗ ਨਾਲ ਬਣਦੀ ਹੈ ਜਿਹਦੇ ਵਿੱਚ ਇੰਨੇ ਐਲੀਮੈਂਟ ਇੰਨੇ ਸੱਚਾਈ ਨਾਲ ਇੰਨੀ ਬਰੀਕੀ ਦੇ ਨਾਲ ਆਉਂਦੇ ਆ। ਸੋ ਮੈਂ ਪਤਾ ਨਹੀਂ ਤੁਹਾਨੂੰ ਸੁਣ ਰਿਹਾ ਕਿ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਰੇ ਇੱਥੇ ਆਏ ਹੋ ਅੱਜ। ਜਿਨ੍ਹਾਂ ਜਿਨ੍ਹਾਂ ਨੇ ਵੀ ਫਿਲਮ ਦੇਖੀ ਆ ਉਹਨਾਂ ਉਹ ਸ਼ਾਇਦ ਸਮਝ ਗਏ ਹੋਣਗੇ ਫਿਲਮ ਇਸ ਕਿਸ ਚੀਜ਼ ਦੇ ਬਾਰੇ ਆ। ਮੁਹੱਬਤ ਦਾ ਇੱਕ ਬਹੁਤ ਪ੍ਰਫਾਉਂਡ ਐਲੀਮੈਂਟ ਪੋਰਟਰੇ ਹੋਇਆ, ਅਤੇ ਜਿਵੇਂ ਸਾਨੀ ਸਰ ਨੇ ਕਿਹਾ ਕਿ ਇਹ ਮਤਲਬ ਕਿ ਪੈਰਲਲ ਸਿਨੇਮਾ, ਇੱਕ ਕਲਟ ਸਿਨੇਮਾ ਜਿੱਦਾਂ ਹੁੰਦਾ ਉਸ ਤਰ੍ਹਾਂ ਬਣ ਗਿਆ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਓਬੀਅਸਲੀ ਪ੍ਰੋਡਿਊਸਰ ਐਂਡ ਕੋ ਐਕਟਰ ਨੀਰੂ ਬਾਜਵਾ ਜੀ ਦਾ, ਸੰਤੋਸ਼ ਸਰ ਦਾ, ਸਾਡੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ, ਜਪਦੀਪ ਸਿੰਘ ਵੜਿੰਗ ਜਿਨ੍ਹਾਂ ਨੇ ਫਿਲਮ ਲਿਖੀ ਆ, ਔਰ ਸਾਰਾ ਕਰੂ, ਮਨੀਸ਼ ਜੀ, ਤੁਸੀਂ ਮੇਰੇ 'ਤੇ ਵੀ ਇੰਨਾ ਇਤਬਾਰ ਕੀਤਾ, ਇੰਨਾ ਕੈਰੈਕਟਰ ਕਰਨ ਦਾ ਮੌਕਾ ਦਿੱਤਾ, ਅਤੇ ਮੈਂ ਜਿੰਨਾ ਵੀ ਹੋ ਸਕਿਆ ਉਹਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਕਿ 19th of April ਨੂੰ ਫਿਲਮ ਰਿਲੀਜ਼ ਮੁਕੰਮਲ ਤੌਰ 'ਤੇ ਹੋਣੀ ਹੈ। ਅੱਜ ਤਾਂ ਸਿਰਫ ਇਹਦਾ ਪ੍ਰੀਮੀਅਰ ਸੀਗਾ, ਸਕਰੀਨਿੰਗ ਸੀ, ਸੋ ਤੁਸੀਂ ਜ਼ਰੂਰ ਦੇਖਣਾ। ਹਾਂ ਹਾਂਜੀ ਹਾਂਜੀ, ਵੈਰੀ ਮੱਚ। ਮੇਰੇ ਤੇ ਤਾਂ ਬਹੁਤ ਅਸਰ ਪਿਆ ਹੋਇਆ ਫਿਲਮ ਦਾ, ਐਂਡ ਮੈਂ ਮਤਲਬ ਮੈਂ ਫਿਲਮ ਦੇ ਵਿੱਚ ਹੀ ਹਾਂ ਹਜੇ, ਪਰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਪੋਰਟ ਕਰਿਓ ਇਸ ਫਿਲਮ ਨੂੰ। 19th April ਨੂੰ ਰਿਲੀਜ਼ ਹੋ ਰਹੀ ਹੈ, ਬਸ 2 ਦਿਨ ਹੀ ਬਾਕੀ ਆ। ਬਾਕੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੈਂ ਕੀ ਕਹਿ ਸਕਦਾ ਜੀ, ਆਮ ਵੈਰੀ ਲੱਕੀ ਕਿ ਆਮ ਅ ਪਾਰਟ ਆਫ ਦਿਸ ਫਿਲਮ, ਐਂਡ ਮੈਂ ਸਾਰਿਆਂ ਨਾਲ ਕੋਲੈਬੋਰੇਟ ਕਰ ਸਕਿਆ। ਮੈਨੂੰ ਲੱਗਦਾ ਹਰ ਪਾਰਟ ਫਿਲਮ ਬਹੁਤ ਵਧੀਆ, ਅਤੇ ਹਰ ਬੰਦੇ ਨੇ ਆਪਣਾ ਰੋਲ ਇੰਨਾ ਵਧੀਆ ਨਿਭਾਇਆ, ਅਤੇ ਸਿਨੇਮਾਟੋਗ੍ਰਾਫੀ, ਪਰਫੋਰਮੈਂਸ, ਸਾਰਾ ਕੁਛ, ਐਵਰੀਥਿੰਗ ਇਜ਼ ਬ੍ਰੈਥ ਟੇਕਿੰਗ। ਮੈਂ ਜਿੰਨੀ ਵਾਰੀ ਵੀ ਦੇਖਦਾ ਉੰਨੀ ਵਾਰੀ ਇੰਜੋਏ ਕਰਦਾ, ਅਤੇ ਆਹੀ ਉਮੀਦ ਕਰ ਸਕਦਾ ਕਿ ਆਡੀਅੰਸ ਇਸ ਵੀ ਇੰਜੋਏ ਕਰਨ। ਇਹ ਸ਼ਾਇਰ ਦਾ ਸਿੰਗਰ ਹੈ, ਸ਼ਾਇਰ ਬਿਨਾਂ ਮੁਹੱਬਤ ਨਹੀਂ ਅਧੂਰੀ, ਮੁਹੱਬਤ ਬਿਨਾਂ ਸ਼ਾਇਰ ਅਧੂਰਾ। ਗੱਲ ਜਿਹੜੀ ਸ਼ਾਇਦ ਤੁਸੀਂ ਕਹਿਣਾ ਪਸੰਦ ਨਹੀਂ ਕਰਦੇ, ਕਹਿਣ ਲੱਗਿਆ ਆ ਤੁਹਾਡੀ ਬਾਇਓਪਿਕ ਤਾਂ ਨਹੀਂ ਸ਼ਾਇਦ।
ਹਾਂਜੀ ਇਹ ਜਗਦੀਪ ਨੂੰ ਪੁੱਛੋ ਗੁੱਸੇ ਜਿਹੜਾ ਮੈਂ ਸੀਨ ਕਿਹਾ ਸੀ ਮੇਰਾ ਪਸੰਦੀਦਾ ਸੀਨ ਹੈ ਮੈਂ ਕਹੂੰਗਾ ਕਿ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ ਖਾਸ ਤੌਰ 'ਤੇ ਇਹੋ ਜਿਹੀ ਫਿਲਮ ਬੜੇ ਵਿਭਾਗ ਨਾਲ ਬਣਦੀ ਹੈ ਜਿਹਦੇ ਵਿੱਚ ਇੰਨੇ ਐਲੀਮੈਂਟ ਇੰਨੇ ਸੱਚਾਈ ਨਾਲ ਇੰਨੀ ਬਰੀਕੀ ਦੇ ਨਾਲ ਆਉਂਦੇ ਆ ਸੋ ਮੈਂ ਇੱਕ ਵਾਰੀ ਤਾਕੀਦ ਕਰਦਾ ਤੁਹਾਡੀ ਜ਼ਿੰਦਗੀ ਦੇ 2 ਘੰਟੇ 40 ਮਿੰਟ ਹੈ ਸਿਰਫ 20 ਮਿੰਟ ਆਉਣ ਜਾਣ ਹੋਊਗਾ ਜ਼ਰੂਰ ਇੱਕ ਵਾਰੀ ਇਨੀਸ਼ੀਏਟ ਲਿਓ ਫਿਲਮ ਦੇਖਣ ਦੇ ਲਈ ਅਤੇ ਤੁਸੀਂ ਮੇਰੇ ਖਿਆਲ 'ਚ ਖੁਸ਼ੀ ਹੋ ਕੁਦਰਤ ਨੂੰ ਮੈਂ ਕੈਮਰਾ ਆਨ ਹੋਣ ਤੋਂ ਪਹਿਲਾਂ ਹੀ ਮੈਂ ਆਪਦੇ ਆਪ ਨੂੰ ਠੀਕ ਕਰ ਲਿਆ ਸੀ ਕੰਪੋਜ਼ ਕਰ ਲਿਆ ਸੀ ਓਕੇ ਕਾਫੀ ਸਾਰੇ ਹਜੇ ਸਾਡੇ ਰਾਈਟਰ ਸਾਹਿਬ ਮੈਨੂੰ ਸਮਝ ਲੱਗੀ ਕੀ ਕਿਹਾ ਕੁਛ ਨੀ ਬਸ ਇਹੀ ਜਿਹੜਾ ਕੁਛ ਮੈਂ ਤਾਂ ਕਹਿਣਾ ਸੀ ਤਾਂ ਮੈਂ ਕਹਿ ਦਿੱਤਾ ਜੀ ਉੱਥੇ ਤੇ ਮੈਨੂੰ ਲੱਗਦਾ ਇਹ ਫਿਲਮ ਐਕਸਪੀਰੀਅੰਸ ਕਰਨੀ ਚਾਹੀਦੀ ਸਾਨੂੰ ਸਿਨੇਮਾ ਥੀਏਟਰ 'ਚ ਆ ਕੇ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਹੂਗਾ ਤੁਹਾਡਾ ਅਤੇ ਬਾਕੀ ਜਿਹੜੇ ਮੈਂ ਜਿਵੇਂ ਫਿਲਮ ਦੇਖੀ ਆ ਇੱਕ ਰਾਈਟਰ ਨੂੰ ਜੇ ਬਾਹਰ ਕੱਢ ਕੇ ਸੋਚਾਂ ਤਾਂ ਵੈਸੇ ਮੈਨੂੰ ਲੱਗਦਾ ਕਿ ਤੁਸੀਂ ਦੋਨੇ ਲੈਜੈਂਡ ਤਾਂ ਹੈਗੇ ਹੋ ਪਰ ਬਾਈ ਜੋ ਪਰਫੋਰਮ ਕੀਤਾ ਜਿਸ ਤਰੀਕੇ ਨਾਲ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਮੇਰੇ ਦਿਮਾਗ 'ਚੋਂ ਨਹੀਂ ਨਿਕਲੀ ਪਰਫੋਰਮੈਂਸ ਕੁਛ ਵੀ ਮੇਰੇ ਦਿਮਾਗ 'ਚੋਂ ਨਹੀਂ ਨਿਕਲਿਆ ਨਾ ਮੇਰੇ ਤੋਂ ਕੁਛ ਬੋਲਿਆ ਜਾ ਰਿਹਾ ਹੁਣ ਬਸ ਮੈਂ ਇਹੀ ਕਹੂੰਗਾ ਕਿ ਫਿਲਮ ਸਾਰੇ ਜਣੇ ਜ਼ਰੂਰ ਦੇਖਿਆ ਮਤਲਬ ਜ਼ਰੂਰ ਦੇਖਿਆ ਫਿਲਮ ਸਾਰੇ ਜਣੇ ਦਿਲੋਂ ਬਾਕੀ ਸਾਰਾ ਧੰਨਵਾਦ ਦੇ ਕੇ thank you guys support kar rahe ho film no please love you jitna hamesha karte ho but love you guys so much thank you so much thank you ji mara yaad hai sachi sanu bahut baat baat di adakari na se emotional bhi hoye ਪਰ ਉਸਤਾਦਾਂ ਹੀ ਤੁਹਾਡੇ ਸਾਨੂੰ ਗੱਲ ਲੱਗੀ ਵਾਕਈ ਲੱਗੀ ਯਾਰ ਉਸਤਾਦ ਵਾਕਈ ਉਸਤਾਦ ਇਹੋ ਜਿਹੇ ਹੋਣੇ ਚਾਹੀਦੇ ਨੇ ਤੁਸੀਂ ਕੀ ਫੀਲ ਕੀਤਾ ਸਪੈਸ਼ਲੀ ਆਪਣੇ ਆਪ ਨੂੰ 30 ਸਾਲ ਬਾਅਦ ਜਦੋਂ ਸਿਨੇਮੇ 'ਚ ਵੇਖਿਆ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਔਰ ਇਸ ਫਿਲਮ ਦੇ ਵਿੱਚ ਕੰਮ ਕਰਕੇ ਮਜ਼ਾ ਆਇਆ ਆਪਣਾ ਕਰੈਕਟਰ ਕਰਕੇ ਮਜ਼ਾ ਆਇਆ ਔਰ ਖਾਸ ਤੌਰ 'ਤੇ ਸਮੁੱਚੀ ਟੀਮ ਔਰ ਮੈਨੂੰ ਲੱਗਦਾ ਕਿ ਇਹੋ ਜਿਹੀ ਪੰਜਾਬੀ ਵਿੱਚ ਫਿਲਮ ਬਣਨੀ ਆਪਣੇ ਆਪ 'ਚ ਇੱਕ ਸੁਪਨੇ ਵਾਲੀ ਗੱਲ ਲੱਗਦੀ ਪਈ ਹੈ ਕਿ ਪੰਜਾਬੀ 'ਚ ਵੀ ਇਹੋ ਜਿਹੀ ਫਿਲਮ ਬਣ ਗਈ ਹੈ ਕਿ ਵਨ ਆਫ ਦੀ ਕਹਿ ਲਓ ਕਿ ਇੱਕ ਚੇਂਜ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਪੂਰੀ ਕਿ ਇੱਦਾਂ ਦੀ ਇੱਕ ਫਿਲਮ ਆ ਗਈ ਹੈ ਪੰਜਾਬੀ 'ਚ ਹੁਣ ਪੂਰੇ ਦਾ ਪੂਰਾ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਗ੍ਰਾਫ ਹੈ ਉਹ ਇੱਕਦਮ ਡਬਲ ਹੋ ਜਾਏਗਾ ਮੈਨੂੰ ਲੱਗਦਾ ਔਰ ਪੂਰੇ ਨੈਸ਼ਨਲ ਸਿਨਾਰੀਓ ਦੇ ਉੱਤੇ ਇੰਟਰਨੈਸ਼ਨਲ ਸਿਨਾਰੀਓ ਦੇ ਉੱਤੇ
ਪੰਜਾਬੀ ਫਿਲਮ ਨੂੰ ਇੱਕ ਬਹੁਤ ਇੱਜ਼ਤ ਅਤੇ ਮਾਣ ਦੀ ਨਜ਼ਰ ਨਾਲ ਵੇਖਿਆ ਜਾਏਗਾ ਇਸ ਫਿਲਮ ਤੋਂ ਬਾਅਦ। ਔਰ ਜਿਸ ਤਰੀਕੇ ਨਾਲ ਜਗਦੀਪ ਨੇ ਲਿਖੀ, ਉਹਦੇ ਨੇ ਡਾਇਰੈਕਟ ਕੀਤੀ, ਨੀਰੂ ਔਰ ਸਰਤਾਜ ਨੇ ਕੰਮ ਕੀਤਾ, ਔਰ ਮੈਨੂੰ ਆਪਣਾ ਕਰੈਕਟਰ ਕਰਕੇ ਬਹੁਤ ਮਜ਼ਾ ਆਇਆ। ਸੋ ਅਤੇ ਸਗਿਰਦੀ ਵਾਲਾ ਜਾਨਣਾ ਚਾਹੁੰਦਾ ਕਿ ਸਤਿੰਦਰ ਹੋਰਾਂ ਦੀ ਸਗਿਰਦੀ ਅਤੇ ਤੁਹਾਡੀ ਉਸਤਾਦੀ, ਉਹ ਬੜੇ ਕਹਿ ਲਓ ਕਿ ਰੋਮਾਂਚ ਵਾਲੇ ਪਲ ਸੀਗੇ ਸਤਿੰਦਰ ਦੇ ਨਾਲ ਗੱਲਬਾਤ ਕਰਦਿਆਂ, ਜਦੋਂ ਉਹ ਮੇਰੇ ਕੋਲ ਸਿੱਖਣ ਲਈ ਆਉਂਦਾ ਅਤੇ ਅਸੀਂ, ਮੈਨੂੰ ਤਾਂ ਕਈ ਵਾਰੀ ਹਾਸਾ ਆਉਂਦਾ ਕਿ ਮੈਂ ਸਰਤਾਜ ਨੂੰ ਸਿਖਾ ਰਿਹਾ, ਸਰਤਾਜ ਜੋ ਕਿ ਖੁਦ ਬਹੁਤ ਗ੍ਰੇਟ ਸਿੰਗਰ ਹੈ, ਪਰ ਇਹ ਫਿਲਮ ਦੇ ਵਿੱਚ ਸਾਡਾ ਕਰੈਕਟਰ ਇੱਦਾਂ ਦਾ ਸੀ ਅਤੇ ਸਰਤਾਜ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਵੀ ਕਰਦਾ ਸੀਗਾ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਉਹ ਜਿੰਨੀਆਂ ਕੁ ਸੈੱਟ ਦੇ ਉੱਤੇ ਕਰਦੇ ਅਸੀਂ, ਅਤੇ ਉਹ ਮਜ਼ੇ ਵਾਲੇ ਪਲ ਸੀ, ਕੋਈ ਟੈਨਸ਼ਨ ਨਹੀਂ ਸੀ, ਔਰ ਇੰਨੇ ਡਾਊਨ ਟੂ ਅਰਥ ਲੋਕ ਸੀਗੇ ਸਾਰੇ ਕਿ ਮਜ਼ਾ ਆਇਆ ਫਿਲਮ ਕਰਕੇ, ਔਰ ਬਹੁਤ ਸੋਹਣੇ ਪਲ ਸੀਗੇ। ਇਮੋਸ਼ਨਲ ਹੋਏ ਤੁਸੀਂ ਫਿਲਮ? ਬਹੁਤ ਇਮੋਸ਼ਨਲ ਹੋਇਆ ਮੈਂ ਫਿਲਮ ਵੇਖ ਕੇ, ਆਪਣੇ ਸੀਨ ਵੇਖ ਕੇ ਵੀ, ਔਰ ਨੀਰੂ ਦਾ ਲਾਸਟ ਵਾਲਾ ਸੀਨ ਦੇਖ ਕੇ ਮੈਂ ਬਹੁਤ ਭਾਵੁਕ ਹੋਇਆ। ਮੈਨੂੰ ਸੱਚਮੁੱਚ ਹੀ ਲੱਗਾ ਕਿ ਜਿਵੇਂ ਮੇਰੀ ਆਪਣੀ ਧੀ ਇੰਜ ਕੇ ਹੋ ਗਈ ਹੈ। ਸੋ ਬਹੁਤ ਬਹੁਤ ਖੂਬਸੂਰਤ ਫਿਲਮ ਹੈ, ਅਤੇ ਫਿਲਮ ਉਹੀ ਹੁੰਦੀ ਆ, ਆਰਟ ਉਹੀ ਹੁੰਦਾ ਜਿਹੜਾ ਤੁਹਾਡੇ ਦਿਲ ਤੱਕ ਪਹੁੰਚੇ, ਔਰ ਇੰਨੇ ਫਿਲਮ ਨੇ ਜਿੱਦਾਂ ਹੁਣੇ ਲੋਕਾਂ ਦਾ ਰਿਸਪੋਂਸ ਹੈ, ਦਰਸ਼ਕਾਂ ਦੇ ਦਿਲਾਂ 'ਤੇ ਦਸਤਕ ਦਿੱਤੀ ਹੈ, ਔਰ ਮੈਨੂੰ ਲੱਗਦਾ ਕਿ ਇੱਕ ਨਵਾਂ ਰੂਪ ਹੈ ਪੰਜਾਬੀ ਫਿਲਮ ਇੰਡਸਟਰੀ ਦਾ, ਔਰ ਇਹ ਹੋਣਾ ਵੀ ਚਾਹੀਦਾ ਸੀ। ਥੈਂਕ ਯੂ ਭਾਈ। ਸ਼ਾਇਰ ਫਿਲਮ ਵੇਖ ਕੇ ਆਏ ਹਾਂ ਅਤੇ ਫਿਲਮ ਵੇਖਣ ਤੋਂ ਬਾਅਦ ਸ਼ਬਦ ਸਾਡੇ ਕੋਲ ਬਿਲਕੁਲ ਨਹੀਂ ਹੈਗੇ, ਅਸੀਂ ਕਹਿੰਦੇ ਸ਼ਬਦਾਂ ਤੋਂ ਪਾਰ ਦੀ ਗੱਲ ਆ। ਵਾਹ ਵਾਹ ਹੋ ਗਈ ਵੀਰੇ, ਫਿਲਮ 'ਚ ਜਿੱਦਾਂ ਡਾਇਲੋਗ ਨਾ ਵੀ ਸਤਿੰਦਰ ਭਾਅ ਜੀ ਨੀਰੂ ਮੈਂ ਹੁਣ ਕਹਿੰਦੇ ਨੇ ਵੀ ਵਾਹ ਵਾਹ ਕਦੋਂ ਕਹੋਗੇ, ਅਤੇ ਸੱਚੀ ਵਾਹ ਵਾਹ ਕਹਿ ਰਹੇ ਨੇ ਸਾਰੇ। ਇੱਕ ਮੈਂ ਰਿਵਿਊ ਲੈ ਰਿਹਾ ਸੀ ਤੁਹਾਨੂੰ ਮਜ਼ਬੂਰ, ਇੱਕ ਬੰਦੇ ਨੇ ਕਿਹਾ ਕਹਿੰਦੇ ਯਾਰ ਪੰਜਾਬੀ ਦੀ ਦੇਵਦਾਸ ਫਿਲਮ ਬਣਾ ਦਿੱਤੀ। ਹਾਂ, ਉਹ ਬਹੁਤ ਵੱਡੇ ਡਾਇਰੈਕਟਰ ਨੇ ਵੈਸੇ, ਰਜੀਵ ਭਾਅ ਜੀ ਜਿਨ੍ਹਾਂ ਨੇ ਕਿਹਾ ਸੀ। ਮੈਂ ਨਾ ਪਹਿਲਾਂ ਤੁਹਾਨੂੰ ਮਿਲਾਉਣਾ ਵੀ ਸ਼ਾਇਰ ਜਿੰਨਾ ਕਰੀਏ ਪੋਸੀਬਲ, ਇਹ ਬਿੰਨੂ ਭਾਈ ਆ, ਇਹ ਐਸੋਸੀਏਟ ਆ। ਥੈਂਕ ਯੂ ਭਾਈ। ਇਹ ਮਨਿੰਦਰ ਆ, ਇਹ ਵੀ ਅਸਿਸਟੈਂਟ ਡਾਇਰੈਕਟਰ ਸੀਗਾ, ਥੈਂਕ ਯੂ, ਸਾਡੀ ਡਾਇਰੈਕਸ਼ਨ ਟੀਮ, ਅਤੇ ਉਹਦੇ ਵੀਰ ਨੇ ਓਬਵੀਅਸਲੀ ਡਾਇਰੈਕਟ ਕੀਤੀ ਆ, ਅਤੇ ਸੰਦੀਪ ਪਾਟਲ ਸਰ ਜਿਨ੍ਹਾਂ ਨੇ ਸਿਨਮੈਟੋਗ੍ਰਾਫੀ, ਜਿਨ੍ਹਾਂ ਦੀ ਹੈ ਨਾ ਇਹ ਤਲੋਚਨਾ ਪ੍ਰੋਡਕਸ਼ਨ ਸੀਗਾ, ਇਹ ਸੁਰਿੰਦਰ ਬਾਬਾ ਇਹਨੂੰ ਤੁਸੀਂ ਵਿੱਚ। ਸਤਿ ਸ਼੍ਰੀ ਅਕਾਲ। ਸੋ ਇਹ ਸਾਰੀ ਮਿਲ ਕੇ ਸ਼ਾਇਰ ਆ। ਜਦੋਂ ਅਸੀਂ ਫਿਲਮ ਵੇਖ ਰਹੇ ਸੀ ਸਾਨੂੰ ਇੱਦਾਂ ਲੱਗ ਰਹੀ ਹੈ ਸ਼ਾਇਰ ਬਣਾਉਣੀ ਬਹੁਤ ਵੱਡੀ ਗੱਲ ਆ ਔਰ ਬਹੁਤ ਔਖੀ ਗੱਲ ਆ ਆਪਣੇ ਆਪ 'ਚ। ਜਿਹੜੀਆਂ ਦੀਆਂ ਪਿਛਲੀਆਂ ਗੱਲਾਂ ਨਾ, ਜਿਹੜਾ ਹੁਣ ਤੁਸੀਂ ਜਿਹੜੀ ਫਿਲਮ ਪਰਦੇ 'ਤੇ ਵੇਖਿਆ, ਪਰਦੇ ਦੇ ਪਿੱਛੇ ਆਹ ਸਾਰਾ ਕੁਛ ਆ, ਪਰਦੇ ਦੇ ਪਿੱਛੇ ਇਹ ਫਿਲਮ ਨੂੰ ਐਗਜੀਕਿਊਟ ਕਰਦੇ ਸੀ ਜਦੋਂ, ਠੀਕ ਹੈ ਨਾ। ਇਹ ਫਿਲਮ ਦੇ ਪਿੱਛੇ ਇਹੋ ਜਿਹੇ ਦਿਨ ਵੀ ਨੇ ਅਤੇ ਇਹੋ ਜਿਹੀਆਂ ਰਾਤਾਂ ਵੀ ਨੇ ਜਦੋਂ ਇਹ ਬੰਦੇ 24-24 ਘੰਟੇ 48-48 ਘੰਟੇ ਜਾਗੇ, ਇਹੋ ਜਿਹੀਆਂ ਦਿਨ ਅਤੇ ਰਾਤਾਂ ਵੀ ਨੇ, ਸਾਡੀਆਂ ਡਿਬੇਟਾਂ ਹੋਈਆਂ, ਸਾਡੀਆਂ ਬਹਿਸਾਂ ਹੋਈਆਂ ਗੱਲਾਂ ਨੂੰ ਲੈ ਕੇ, ਠੀਕ ਹੈ ਕਿ ਨਹੀਂ। ਮੀਂਹ ਮਤਲਬ ਰਾਜਸਥਾਨ ਜਾ ਕੇ ਸ਼ੂਟ ਕਰਦੇ ਸੀ, ਸੈੱਟ ਲੱਗਾ ਸੀ, ਬਹੁਤ ਕੁਛ, ਬਹੁਤ ਸਟਰਗਲ ਦੇਖਿਆ ਇਹ ਫਿਲਮ ਨੇ ਸ਼ੂਟ ਟਾਈਮ, ਤੋ ਇਹਨਾਂ ਸਾਰਿਆਂ ਦੀ ਬਦੌਲਤ ਆ ਅਸਲ ਦੇ ਵਿੱਚ। ਓਬਵੀਅਸਲੀ ਮਤਲਬ ਸਕ੍ਰਿਪਟ ਮੇਰੀ ਹੋ ਸਕਦੀ ਹੈ, ਪਰ ਉਹਨੂੰ ਐਗਜੀਕਿਊਟ ਕਰਨ ਲਈ ਜੇ ਆਹ ਬੰਦੇ ਨਾ ਹੁੰਦੇ, ਹਾਂ ਫਿਰ ਫਿਲਮ ਬਣਨੀ ਨਹੀਂ ਸੀ। ਫਿਲਮ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਫਿਲਮ ਦਾ ਸ਼ੂਟ ਸਟਾਰਟ ਹੋਣ ਤੋਂ ਪਹਿਲਾਂ, ਤੁਸੀਂ ਦੱਸ ਰਹੇ ਕਿ ਤੁਸੀਂ ਇੰਨਾ ਗਰਾਊਂਡ 'ਤੇ ਕੰਮ ਕੀਤਾ, ਤੁਸੀਂ ਮਤੋਈ ਵੀ ਗਏ, ਉਹ ਕਰਿਆਨੇ ਦੇ ਵਿੱਚ ਗਏ, ਤੁਸੀਂ ਉਹਨਾਂ ਤੋਂ ਪੁੱਛਿਆ ਵੀ ਯਾਰ ਇਹ ਅਸਲ ਦੇ ਵਿੱਚ ਇਕਬਾਲ ਹੁੰਦੇ ਕੀ ਨੇ, ਕਿੱਦਾਂ ਉਹਨਾਂ ਦੀ ਰਹਿਣੀ ਬਹਿਣੀ, ਕਿੱਦਾਂ ਉਹਨਾਂ ਦੀ ਬੈਠਣੀ, ਕਿੱਦਾਂ, ਇਹ ਸਾਰੀ ਤੁਸੀਂ ਰਿਸਰਚ ਤੁਹਾਡੀ ਬੜੀ ਤਕੜੀ ਲੱਗੀ। ਹਾਂਜੀ, ਮੈਂ ਸ਼ੌਕ ਤਲੀ ਮਤੋਈ ਸਾਹਿਬ ਦੇ ਪਰਿਵਾਰ ਨੂੰ ਮਿਲਿਆ, ਸਰਦਾਰ ਅਲੀ ਬਾਈ ਜੀ ਨੂੰ, ਸਲਾਮਤ ਅਲੀ ਮਤੋਈ ਬਾਈ ਨੂੰ, ਖਾਨ ਸਾਹਿਬ ਨੂੰ ਮਿਲ ਕੇ ਆਇਆ ਜਾ ਕੇ, ਉੱਥੇ ਜਿੰਨਾ ਡਾਟਾ ਮੈਨੂੰ ਮਿਲ ਸਕਿਆ ਉਹ ਲਿਆ। ਕੇਵਲ ਧਾਲੀਵਾਲ ਭਾਅ ਜੀ ਨੇ ਵੀ ਬੜੀ ਰਿਸਰਚ 'ਚ ਬਹੁਤ ਹੈਲਪ ਕੀਤੀ, ਕਿਉਂਕਿ ਜਦੋਂ ਆਪਾਂ ਇੱਦਾਂ ਦੀ ਮਿਊਜ਼ੀਕਲ ਫਿਲਮ ਬਣਾਉਣੀ ਹੋਵੇ ਤਾਂ ਰਿਸਰਚ ਬਹੁਤ ਜ਼ਰੂਰੀ ਹੁੰਦੀ, ਕੁਛ ਗਲਤ ਨਾ ਹੋ ਜਾਏ ਆਪਣੇ ਤੋਂ, ਹੈ ਨਾ। ਸਭ ਤੋਂ ਵੱਡੀ ਗੱਲ ਹੈ ਕਿ ਸਲਾਮਤ ਅਲੀ ਮਤੋਈ ਦੀ ਪੂਰਾ ਗਰੁੱਪ ਹੀ ਸੀ ਜਿਹੜਾ ਅਸਲੀ ਹੋਈ ਸੀ, ਇਕਬਾਲ ਹੀ ਸੀ ਜਿਹੜੇ ਫਿਲਮ ਦੇ ਵਿੱਚ ਐਕਟਰ ਵੀ ਸੀ ਨਾ, ਉਹ ਸ਼ੌਕਤ ਅਲੀ ਮਤੋਈ ਸਾਹਿਬ ਦੇ ਅੱਗੇ ਖਾਨਦਾਨ 'ਚੋਂ ਹੀ ਨੇ, ਉਹਨਾਂ ਦੇ ਭਤੀਜੇ ਨੇ, ਉਹ ਆਏ ਹੋਏ ਵੀ ਨੇ, ਮੈਂ ਵੀ ਚਾਹੁੰਦਾ ਕਿ ਉਹ ਲੱਭਣ, ਕਿ ਮੈਨੂੰ ਲੱਭ ਨਹੀਂ ਰਹੇ ਉਹ, ਉਹਨਾਂ ਤੋਂ ਬਿਨਾਂ ਵੀ ਫਿਲਮ ਪੋਸੀਬਲ ਨਹੀਂ ਸੀ। ਜੋ ਕੰਪੋਜੀਸ਼ਨਾਂ ਕੀਤੀਆਂ ਲਾਈਵ ਇਕਬਾਲੀ ਦੀਆਂ ਵਿੱਚ ਜਿਹੜੀਆਂ ਮੈਂ ਲਿਖੀਆਂ, ਪਰ ਕੰਪੋਜ਼ ਸਾਰੀਆਂ ਸਲਾਮਤ ਨੇ ਕੀਤੀਆਂ।
ਜਿਹੜੀ ਲਿਖੀ ਕਵਾਲੀ ਸਾਰੀ ਉੱਥੇ ਪਹਿਲੀ ਕਵਾਲੀ ਨੂੰ ਪਹਿਲੀ ਨੂੰ ਛੱਡ ਕੇ ਬਾਕੀ ਸਾਰੀਆਂ ਮੈਂ ਹੀ ਲਿਖੀਆਂ ਕਵਾਲੀਆਂ ਵੀ, ਪਰ ਉਹਨੂੰ ਕੰਪੋਜ਼ ਸਲਾਮਤ ਨਹੀਂ ਕਰਿਆ ਸਾਰੀਆਂ, ਅਤੇ ਉੱਥੇ ਸੈੱਟ 'ਤੇ ਵੀ ਮਿਊਜ਼ੀਕਲ ਮਾਹੌਲ ਹੀ ਬਣਿਆ ਰਹਿੰਦਾ ਸੀ, ਅਤੇ ਮੈਨੂੰ ਲੱਗਦਾ ਕਿ ਫਿਲਮ ਨੂੰ ਇਕੱਲਾ ਫਿਲਮ ਨਾ ਕਹੀਏ ਆਪਾਂ, ਹੁਣ ਨਾ ਉਹ ਮੈਨੂੰ ਜੈਸਮੀਨ ਮਿਲੀ ਸੀ ਇੱਥੇ ਫਿਲਮ ਤੋਂ ਬਾਅਦ, ਕਹਿੰਦੇ ਕਿ ਬਹੁਤ ਵਧੀਆ ਐਕਸਪੀਰੀਅੰਸ, ਅਤੇ ਮੈਂ ਵੀ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ, ਮੇਰੇ ਦਿਮਾਗ 'ਚ ਵੀ ਪਹਿਲਾ ਵਰਡ ਇਹੀ ਆ ਕਿ ਇਹ ਸ਼ਾਇਰ ਫਿਲਮ ਨਹੀਂ, ਇੱਕ ਐਕਸਪੀਰੀਅੰਸ ਆ, ਅਤੇ ਜਿਹੜਾ ਸਾਨੂੰ ਸਿਨੇਮੇ 'ਚ ਆ ਕੇ ਲੈਣਾ ਚਾਹੀਦਾ। ਮੈਨੂੰ ਹੋਰ ਚੀਜ਼ ਲੱਗਦੀ ਆ ਵੀਰੇ, ਮੈਨੂੰ ਇਹ ਲੱਗਦਾ ਕਿਸੇ ਆਸ਼ਕ ਦੀ ਤਕਦੀਰ ਲਿਖੀ ਗਈ ਹੋਵੇ। ਇਹ ਤਾਂ ਹੁਣ ਬਾਈ ਮੈਂ ਤੁਹਾਡਾ ਵੱਡਾ ਪਾਣਾ, ਹੁਣ ਇਹ ਤਾਂ ਮੈਂ ਹੁਣ ਲੱਗਿਆ ਕਿਸੇ ਬੰਦੀ ਤਕਦੀਰ ਨਹੀਂ ਲਿਖੀ ਗਈ ਹੁੰਦੀ ਵੀ ਯਾਰ ਆ ਗਏ ਨੇ, ਜਿਹਨਾਂ ਦਾ ਮੈਂ ਜ਼ਿਕਰ ਕਰਦਾ ਸੀ ਸੰਦੀਪ ਪਾਟਲ ਸਰ, ਸਾਰਾ ਉਹ ਸਿਨੇਮੈਟੋਗ੍ਰਾਫੀ ਜਿਹੜੀ ਡਿਜ਼ਾਈਨ ਆ ਉਹ ਸਾਰਾ ਇਹਨਾਂ ਦਾ, ਜਿਹੜੀ ਸਾਨੂੰ ਫਿਲਮ ਦੇਖਣ ਨੂੰ ਵਧੀਆ ਲੱਗਦੀ ਆ। ਸੋ ਹੁਣ ਇਹ ਵੀ ਸ਼ਾਮਿਲ ਹੋ ਗਏ, ਬਾਕੀ ਆ ਵੀ ਅਸੀਂ ਸਾਰੇ ਰਲ ਮਿਲ ਕੇ ਟੀਮ ਸ਼ਾਇਰ ਆ, ਤਾਂ ਇਹ ਫਿਲਮ ਐਗਜ਼ੀਕਿਊਟ ਹੋਈ ਹੈ, ਤਾਂ ਇਹ ਫਿਲਮ ਬਣੀ ਆ, ਫਿਰ ਅਸੀਂ ਤੁਸੀਂ ਮੇਰੇ ਕੋਲ ਖੜੇ ਹੋ ਆਪਾਂ ਗੱਲਾਂ ਕਰ ਰਹੇ ਹਾਂ। ਸਾਰਾ ਕ੍ਰੈਡਿਟ ਇਹਨਾਂ ਸਾਰੇ ਲੋਕਾਂ ਦਾ, ਉਦੇ ਬਾਈ, ਸੰਦੀਪ ਸਰ, ਬਿੰਨੂ, ਮਨਿੰਦਰ, ਪ੍ਰਦੀਪ, ਤਰਲੋਚਨ, ਰਵੀ, ਇਹਨਾਂ ਸਾਰੇ ਲੋਕਾਂ ਦਾ ਕ੍ਰੈਡਿਟ ਆ ਭਾਈ। ਅੱਜ ਤਾਂ ਅਸੀਂ ਵੇਖ ਰਹੇ ਹਾਂ ਕਿ ਸ਼ਹਿਰ ਸਾਡੇ ਸਾਹਮਣੇ ਬਹੁਤ ਸੋਹਣੀ ਬਣ ਕੇ ਆ ਗਈ, ਪਰ ਪਿਛਲੀਆਂ ਤੁਸੀਂ ਸਾਨੂੰ ਦੱਸੋਗੇ ਕਿੰਨੀ ਸਟਰਗਲ ਆ, ਕਿੰਨੀ ਮਿਹਨਤ ਆ, ਕਿੰਨਾ ਤਾਮਾ ਜਾਮਾ ਲੱਗਿਆ। ਜੋੜੀ ਵੀ ਬਣਾਈ ਸੀ ਨਾ, ਉਹ 'ਚ ਵੀ ਕਮਾਲ ਕੀਤਾ ਜੀ, ਵਾਹ ਕਮਾਲ ਕੀਤਾ। ਇਨ ਟਰਮਸ ਆਫ ਸਿਨੇਮਾਟੋਗ੍ਰਾਫੀ, ਆਪਕੀ ਪਹਿਲੇ ਬਤਾਓ, ਆਪਕੀ ਫੇਵਰੇਟ ਕੌਣ ਸੀ ਆਪਣੇ ਆਪੀ ਅੱਜ ਤੱਕ ਕੀ? ਆਈ ਥਿੰਕ ਦਿਸ ਇਜ਼ ਮਾਈ ਬੈਸਟ ਵਰਕ। ਇਹ ਬਹੁਤ ਵੱਡੀ ਗੱਲ ਹੈ ਸਾਡੇ ਲਈ ਮਾਣ ਦੀ ਗੱਲ ਹੈ। ਪਤਾ ਹੀ ਤਾਂ ਮੈਂ ਪੁੱਛਿਆ। ਹਾਂ, ਕੀ ਕਹਿਣਾ ਚਾਹੋਗੇ ਤੁਸੀਂ, ਪੰਜਾਬੀ ਸਮਝ ਲਓਗੇ? ਹਾਂ ਸਮਝਦਾ ਹੂੰ, ਬੋਲਣਾ ਥੋੜਾ ਸਾ। ਹਾਂ ਹਾਂ, ਆਪ ਕਿਆ ਪੁੱਛਣਾ ਚਾਹ ਰਹੇ ਥੇ? ਕੈਸਾ ਐਕਸਪੀਰੀਅੰਸ ਰਿਹਾ ਆਪਕਾ ਸ਼ਾਇਰ ਕੇ ਸਾਥ, ਕੈਸਾ ਰਹਾ ਸ਼ਾਇਰ ਕੇ ਸਾਥ? ਮਤਲਬ ਯੇ ਜਰਨੀ ਹਮ ਪਿਛਲੇ 6-8 ਮਹੀਨੇ ਸੇ ਜੀ ਰਹੇ, ਯੇ ਕਹਾਣੀ ਜਬ ਹਮ ਬੋਏ ਬਾਰੀਆ ਸ਼ੂਟ ਕਰ ਰਹੇ ਥੇ ਤਬ ਬੋਲਾ ਗਿਆ ਕਿ ਹਮ ਸ਼ਾਇਰ ਬਣਾਏਂਗੇ, ਤੋ ਸ਼ਾਇਰ ਕਾ ਪ੍ਰਿਪਰੇਸ਼ਨ ਐਕਚੁਅਲੀ 6 ਮਹੀਨਾ ਪਹਿਲੇ ਸੇ ਸ਼ੁਰੂ ਹੋ ਗਿਆ ਥਾ, ਪ੍ਰੈਕਟੀਕਲ ਪ੍ਰਿਪਰੇਸ਼ਨ, ਲਿਖੀ ਤੋ ਉਸਸੇ ਵੀ ਪਹਿਲੇ ਥੀ। ਉਦੈ ਕੇ ਸਾਥ ਲਗਭਗ 1.5-2 ਮਹੀਨਾ ਮੈਂ ਪ੍ਰੀ ਪ੍ਰੋਡਕਸ਼ਨ ਮੈਂ ਕਾਮ ਕਰ ਰਹਾ ਥਾ, ਹਮਨੇ ਕਾਫੀ ਸਾਰੇ ਰੈਫਰੈਂਸਿਸ ਦੇਖ ਕੇ, ਕਾਫੀ ਸਾਰੇ ਇਮੇਜਰੀ, ਕਲਰ ਬੈਲੈਂਸ ਕਿਆ ਹੋਗਾ, ਲੋਕੇਸ਼ਨਸ, ਤੋ ਮਿਹਨਤ ਤੋ ਪ੍ਰੀ ਪ੍ਰੋਡਕਸ਼ਨ ਮੈਂ ਬਹੁਤ ਜ਼ਿਆਦਾ ਕੀ ਥੀ, ਹਮਾਰੇ ਆਰਟ ਡਾਇਰੈਕਟਰਸ ਅੱਛੇ ਥੇ, ਜਿਨਕਾ ਡਿਜ਼ਾਈਨਿੰਗ ਬਹੁਤ ਅੱਛਾ ਹੈ, ਸੋ ਓਵਰਆਲ ਪੂਰੀ ਟੀਮ ਕੀ ਮਿਹਨਤ, 1.5-2 ਮਹੀਨੇ ਕੀ ਮਿਹਨਤ ਥੀ, ਜੋ ਸ਼ੂਟਿੰਗ ਵਾਸ ਈਜ਼ੀ, ਦੈਟ ਵੇਜ਼ ਸ਼ੂਟਿੰਗ ਕਰਨਾ ਆਸਾਨ ਥਾ। ਉਹ ਰੰਗ ਫਿਲਮ 'ਚ ਵੇਖਣ ਨੂੰ ਮਿਲੇ, ਸੂਫੀਆਨਾ ਰੰਗ ਸਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਨਾ, ਸੂਫੀਆਨਾ ਦੇ ਨਾਲ ਫਿਲਮ ਅੱਗੇ ਚੱਲਦੀ। ਹਾਂ, ਮਿਊਜ਼ੀਕਲ ਫਿਲਮ ਕਹਿ ਸਕਦਾ ਮੇਰੇ ਖਿਆਲ 'ਚ ਨਾ। ਹਾਂ, ਗੱਲ ਉਹੀ ਨਾ, ਮੈਂ ਕਹੀ ਜਾਂਦਾ ਸੀਗਾ ਕਿ ਜਦੋਂ ਅਸੀਂ ਫਿਲਮ ਇੱਦਾਂ ਦੀ ਫਿਲਮ ਨੂੰ ਲਿਖਦੇ ਹਾਂ, ਉਦੇ ਬਾਈ ਦੀ ਡਾਇਰੈਕਸ਼ਨ ਅਤੇ ਪਾਟਲ ਸਰ ਦੀ ਸਿਨੇਮੈਟੋਗ੍ਰਾਫੀ ਅਤੇ ਮੇਰੀ ਰਾਈਟਿੰਗ, ਇਹ ਤਿੰਨਾਂ ਦਾ ਸੁਮੇਲ ਮੈਂ ਤੁਹਾਨੂੰ ਦਿਖਾਉਣਾ। ਜਦੋਂ ਉਹ ਤਾਂਗੇ ਤੋਂ ਲੰਘ ਜਾਂਦਾ, ਇੱਦਾਂ ਕ੍ਰੋਸ ਕਰ ਜਾਂਦਾ ਵੀ ਛੱਡ ਯਾਰ ਮੈਂ ਛੱਡਣਾ ਸਾਰਾ ਕੁਛ, ਅਤੇ ਉਹ ਨੀਰੂ ਮੈਡਮ ਆਉਂਦੇ ਆ, ਉਹਦੇ ਉੱਥੋਂ ਪਹੁੰਚਣ ਤੱਕ, ਮੈਂ ਤਾਂ ਲਿਖਦਾ ਨਾ ਵੀ ਉੱਥੋਂ ਤੱਕ ਪਹੁੰਚਣਾ, ਉਹਨੂੰ ਜਿਹੜਾ ਡਿਜ਼ਾਇਨ ਕੀਤਾ ਉਹਦੇ ਵੀਰੇ ਨੇ, ਸਰ ਨੇ, ਉਹ ਅਸਲ 'ਚ ਉਹ ਫਿਲਮ ਆ ਜਿੱਥੇ ਡਾਇਲੋਗ ਕੋਈ ਨਹੀਂ, ਸਾਇਲੈਂਸ। ਹਾਂ, ਪਰ ਫਿਰ ਵੀ ਮੀਨਿੰਗ ਤੁਸੀਂ ਵੱਡੀ ਗੱਲ ਕਹਿਣਾ, ਉਹ ਵੱਡੀ ਗੱਲ। ਹਾਂ ਹਾਂ, ਉਹ ਸਿਨੇਮਾ, ਮਤਲਬ ਮੈਨੂੰ ਪਰਸਨਲੀ, ਜੇ ਮੈਂ ਰਾਈਟਰ ਮੈਨੂੰ ਕੱਢ ਵੀ ਦਿਉਂ ਕਰੀ, ਤਾਂ ਮੈਨੂੰ ਇਹ ਬਿਹਤਰੀਨ ਅਤੇ ਪਰਫੈਕਟ ਸਿਨੇਮਾ ਲੱਗਦਾ, ਸਿਨੇਮਾ, ਇਹਨੂੰ ਚਾਹੇ ਹਿੰਦੀ 'ਚ ਰਿਲੀਜ਼ ਕਰ ਦਿਉ। ਚੱਲ ਰਹੀ ਹੈ ਕੋਸ਼ਿਸ਼ ਕਿ ਡਬਿੰਗ ਇਹਦੀ ਹਿੰਦੀ 'ਚ? ਹਾਂ, ਉਹ ਤਾਂ ਚਲੋ ਆਪਾਂ ਰਿਕੁਐਸਟ ਕਰ ਹੀ ਰਹੇ ਹਾਂ ਸੰਤੋਖ ਜੀ ਨੂੰ, ਤਾਂ ਪ੍ਰੋਡਿਊਸਰ ਸਾਹਿਬਾਨ 'ਤੇ ਹੀ ਆ ਕਿ ਉਹ ਕੀ ਕਹਿੰਦੇ ਹੋ ਕੀ ਨਹੀਂ ਕਹਿੰਦੇ, ਬਾਕੀ ਇਹਨਾਂ ਦਾ ਵਿਜ਼ਨ ਵੀ ਆ। ਆਓ ਯਾਰ, ਅਸੀਂ ਕਿੰਨਾ ਐਕਸਪੀਰੀਅੰਸ ਸਾਂਝਾ ਕੀਤਾ, ਤਾਰੀਫਾਂ ਕਰ ਰਹੇ ਸੀ ਤੁਹਾਡੀਆਂ, ਕੋਈ ਕਹਿ ਰਹੇ ਸੀਗੇ ਕਹਿੰਦੇ ਦੇਵਦਾਸ ਬਣ ਗਈ ਪੰਜਾਬੀ 'ਚ, ਇਹ ਬਹੁਤ ਵੱਡੇ ਕੰਪਲੀਮੈਂਟ ਹੁੰਦੇ ਅਤੇ ਸਾਨੂੰ ਵੀ ਇਹ ਚੀਜ਼ ਮਹਿਸੂਸ ਹੋਈ। ਵੀਰੇ ਬਹੁਤ ਵੱਡੀ ਗੱਲ ਆ, ਕੀ ਕਹਿੰਦੇ ਆ, ਆਹੀ ਹੁੰਦਾ ਵੀਰੇ, ਸਾਰਿਆਂ ਨੂੰ ਫਿਲਮ ਪਸੰਦ ਆਵੇ ਜੀ, ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤਾਂ ਨੂੰ ਫਲ ਲੱਗਣ ਜੀ, ਅਤੇ ਕਿਸੇ ਨਾਲ ਮੁਕਾਬਲਾ ਕਰਨਾ ਤਾਂ ਬਈ ਬਹੁਤ ਵੱਡੀ ਫਿਲਮ ਆ, ਉਹਦੇ ਨਾਲ ਤਾਂ ਕੀ ਮੁਕਾਬਲਾ ਕਰਾਂਗੇ, ਪਰ ਬਤੌਰ ਫਿਲਮ ਕਮਰਸ਼ਲੀ ਵਧੀਆ ਲੋਕਾਂ ਨੂੰ ਪਸੰਦ ਆਵੇ ਜੀ, ਆਰਟਿਸਟਿਕਲੀ ਲੋਕਾਂ ਨੂੰ ਵਧੀਆ ਲੱਗੇ, ਅਤੇ ਬਾਕੀ ਫਿਲਮ ਨਾਲ ਜਿਹੜੇ ਵੀ ਪੱਖ ਹੁੰਦੇ ਨੇ ਜੀ,
ਉਹ ਲੋਕਾਂ ਨੂੰ ਵਧੀਆ ਲੱਗਣ, ਐਡੀਟਿੰਗ, ਸਿਨੇਮਾਟੋਗ੍ਰਾਫੀ, ਸਕੋਰ ਸਾਰਾ ਕੁਝ ਵਧੀਆ ਲੱਗੇ ਬਈ। ਹੋਰ ਇਹ ਤੋਂ ਵੱਧ ਤਾਂ ਕੀ ਹੋ ਸਕਦਾ ਜੀ। ਮੈਂ ਨਾ ਵੇਖ ਰਿਹਾ ਸੀ ਕਿ ਜਦੋਂ ਆਡੀਅੰਸ ਫਿਲਮ ਵੇਖ ਰਹੀ ਸੀ, ਤੁਸੀਂ ਸਾਈਡ 'ਤੇ ਖੜ ਕੇ ਸਾਰਿਆਂ ਦੇ ਹਾਵ ਭਾਵ ਵੇਖ ਰਹੇ ਸੀਗੇ, ਮੈਂ ਫੀਲ ਜਾਣਨਾ ਚਾਹੁੰਦਾ ਕੀ ਪੜ੍ਹ ਰਹੇ ਸੀਗੇ ਤੁਸੀਂ? ਫਿਰ ਵਧੀਆ, ਮੈਂ ਬਹੁਤ ਰਾਜ਼ੀ ਹਾਂ। ਮੈਨੂੰ ਸੀਗਾ ਐਵੇਂ ਝੂਠ ਕਹਾਂ, ਮੈਨੂੰ ਸੀਗਾ ਕਿ ਫਿਲਮ ਵਧੀਆ ਲੋਕਾਂ ਨੂੰ ਪਸੰਦ ਆਊਗੀ, ਅਤੇ ਲੋਕਾਂ ਨੂੰ ਪਸੰਦ ਆ ਰਹੀ ਸੀਗੀ ਜੀ, ਭਾਵੁਕ ਸੀਗੇ ਲੋਕ, ਅਤੇ ਜਿੱਥੇ ਕੌਮੇਡੀ ਸੀਗੀ ਉੱਥੇ ਐਵਰੀਥਿੰਗ ਵਰਕਡ, ਜੋ ਵੀ ਫਿਲਮ ਦੀ ਬੀਟ ਸੀ, ਰਿਦਮ ਸੀਗੀ, ਉਹ ਲੋਕਾਂ ਨੇ ਕੈਚ ਔਨ ਕੀਤੀ ਹੈ ਜੀ। ਸੋ ਆਮ ਵੈਰੀ ਹੈਪੀ। ਜਗਦੀਪ ਭਾਅ ਨੂੰ ਕਹਿੰਦਾ ਸੀ ਕਿ ਇੱਦਾਂ ਦੇ ਸਬਜੈਕਟ ਬਣਾਉਣੇ ਚੈਲੰਜ ਬਹੁਤ ਹੁੰਦਾ ਗਾ, ਸੌਖੀ ਗੱਲ ਨਹੀਂ ਹੁੰਦੀ ਕਰ ਦਿੰਦਾ ਹੁੰਦਾ ਵੀਰਾ, ਸੌਖਾ ਹੀ ਕਰ ਦਿੰਦਾ ਹੁੰਦਾ ਵੀਰੇ ਨੂੰ, ਟੀਮ ਵਰਕ ਆ ਜਿਹੜੀ ਸੌਖਾ ਵੀਰਾ ਬਹੁਤ ਸੌਖਾ ਕਰ ਦਿੰਦਾ ਹੁੰਦਾ ਜੀ। ਮੈਂ ਤਾਂ ਪੋਸਟ 'ਤੇ ਹੁੰਦਾ ਮੋਸਟਲੀ ਹਰ ਫਿਲਮ ਦੀ, ਜਦੋਂ ਉਹਨੂੰ ਵਾਪਸ ਆਉਂਦਾ ਵੀਰਾ ਐਂ ਕਹਿ ਦਿੰਦਾ ਹੁੰਦਾ ਕਿ ਯਾਰ ਕੀ ਇਹ ਪ੍ਰੋਜੈਕਟ ਕਰ ਰਹੇ ਹਾਂ, ਅਤੇ ਫਲਾਣਾ ਫਲਾਣਾ ਇਹ ਕੀ ਕਹਿੰਦੇ ਸਾਰੀ ਆਪਣੀ ਕਾਸਟ ਆ ਸਾਰੀ ਕਿੱਥੋਂ ਲੈ ਕੇ ਆਉਂਦੇ ਹੋ, ਸਾਨੂੰ ਹਰ ਵਾਰ ਕੋਈ ਨਵੀਂ ਚੀਜ਼ ਵੇਖਣ ਨੂੰ ਮਿਲਦੀ ਹੈ ਵੀਰੇ। ਇਹ ਅਥਾਹ ਖੂਹ ਆ ਬੰਦਾ ਕ੍ਰੀਏਟੀਵਿਟੀ ਦਾ, ਉਹ ਫਿਰਕਿਆਂ ਦਾ ਹੋਵੇ, ਸੰਵਾਦ ਆਪਣਾ ਕੀ ਕਹਿੰਦੇ ਕਹਾਣੀਆਂ ਦਾ, ਕਿਰਦਾਰਾਂ ਦਾ। ਅਤੇ ਸੰਦੀਪ ਸਰ, ਮੇਰੀ ਹੁਣ ਸਰ ਨਾਲ ਤੀਜੀ ਫਿਲਮ ਆ, ਸਰ ਨਾਲ ਪਹਿਲੀ ਫਿਲਮ ਵੀ ਮੇਰੀ ਸ਼ੁਰੂਆਤ ਵੀ ਸਰ ਨਾਲ ਹੋਈ ਸੀਗੀ, ਅਤੇ ਸਰ ਦੀ ਜੋ ਇਮੇਜਰੀ ਆ, ਜੋ ਵਿਜੂਅਲ ਕਨਸੈਪਸ਼ਨ ਆ ਚੀਜ਼ਾਂ ਦੀ, ਉਹ ਬਾ ਕਮਾਲ ਆ, ਉਹ ਮੈਂ ਕਦੇ ਕਿਸੇ 'ਚ ਨਹੀਂ ਦੇਖੀ। ਅਤੇ ਇੰਨੀ ਔਰਗੈਨਿਕ ਅਤੇ ਓਰੀਜਨਲ ਥੋਟ ਅਤੇ ਕ੍ਰੀਏਟਿਵਿਟੀ ਹੈ ਨਾ ਇਮੇਜ ਨੂੰ ਲੈ ਕੇ, ਅਤੇ ਉਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਇਮੇਜ ਇਕੱਲੀ ਮਤਲਬ ਜਿਵੇਂ ਕਹਿ ਲਈਏ ਉਹਦੇ 'ਚ ਬਹੁਤ ਤਹਿਆਂ ਨੇ, ਹੈ ਨਾ, ਸਟੋਰੀ ਦੀਆਂ ਬਹੁਤ ਤਹਿਆਂ ਹੁੰਦੀਆਂ ਨੇ। ਇਮੇਜ ਇਕੱਲੀ ਵੀ ਸਿਰਫ ਨੁਹਾਰ ਨੂੰ ਜਾਂ ਸੁਰਖੀ ਬਿੰਦੀ ਲਾਉਣ ਨੂੰ ਨਹੀਂ ਹੈਗੀ ਆ, ਉਹਦੇ ਪਿੱਛੇ ਦੀ ਇੱਕ ਕਹਾਣੀ ਆ, ਉਹ ਜਿਵੇਂ ਸਾਰਾ ਕੁਝ ਇੱਕ ਬਲੌਕ 'ਚ ਇੱਕ ਫਰੇਮ 'ਚ ਸਰ ਕੈਪਚਰ ਕਰ ਸਕਦੇ ਨੇ, ਕੀਪਿੰਗ ਦਾ ਨੈਰੇਟਿਵ ਇਨ ਮਾਇੰਡ, ਕੈਰੇਕਟਰਸ ਇਨ ਮਾਇੰਡ, ਆਫਕੋਰਸ ਕਲਰਸ ਕੰਪੋਜੀਸ਼ਨ ਇਨ ਮਾਇੰਡ। ਆਈ ਐਮ ਵੈਰੀ ਲੱਕੀ ਕਿ ਆਮ ਵਰਕਿੰਗ ਵਿਦ ਹਿਮ ਜੀ। ਬਹੁਤ ਮੁਬਾਰਕਾਂ ਵੀਰੇ, ਬਹੁਤ ਵਧਾਈਆਂ, ਦਿਲੀ ਦੁਆਵਾਂ, ਬਹੁਤ ਮੁਬਾਰਕਾਂ ਵੀਰੇ, ਮਹਾਰਾਜ ਚੜ੍ਹਦੀ ਕਲਾ 'ਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ਾਇਰ ਫਿਲਮ ਨਾ ਸਾਨੂੰ ਲੱਗੀ ਕਿ ਇੱਕ ਸੰਗੀਤ ਦਾ ਮੁਹੱਬਤ ਨਾਲ ਬਹੁਤ ਗੂੜਾ ਰਿਸ਼ਤਾ ਹੈਗਾ ਗਾ, ਪਰ ਫਿਲਮ ਨੇ ਸਾਨੂੰ ਸੱਚੀ ਯਕੀਨ ਦਵਾਤਾ। ਤੁਸੀਂ ਫਿਲਮ ਵੇਖਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਰੂਹ ਦੇ ਵਿੱਚ ਚੀਜ਼ ਉਤਰਦੀ ਆ, ਫਿਰ ਉਹ ਮੱਧਮ 'ਚ ਆਉਂਦੀ ਆ, ਇੱਥੋਂ ਨਾਭੀ ਤੋਂ ਤੁਰਦੀ ਆ, ਉੱਤੇ ਤੱਕ ਆਉਂਦੀ ਆ, ਆਉਂਦੀ ਆਉਂਦੀ ਸਫ਼ਰ ਕਰਦੀ ਕਰਦੀ ਫਿਰ ਕੰਠ 'ਚੋਂ ਬੈਖਰੀ ਜਦੋਂ ਹੁੰਦੀ ਆ, ਫਿਰ ਸਾਰੇ ਪੂਰੀ ਦੁਨੀਆ ਦੇ ਵਿੱਚ ਫੈਲਦੀ ਆ, ਕੁਦਰਤ ਦੇ ਵਿੱਚ ਫੈਲਦੀ ਆ, ਕੁਦਰਤ ਨੂੰ ਵੀ ਰੱਜ ਆਉਂਦਾ ਹੈ। ਜਿਹੜੀ ਸੱਚੀ ਸੁੱਚੀ ਸ਼ਾਇਰੀ, ਜਿਹੜੀ ਆਸ਼ਕਾਂ ਦੀ ਸ਼ਾਇਰੀ ਆ, ਸੱਚੀ ਮੁਹੱਬਤ ਦੀ ਸ਼ਾਇਰੀ ਆ, ਉਹ ਫਿਰ ਕੁਦਰਤ ਵੀ ਰੱਜਦੀ ਆ। ਜਿਵੇਂ ਇਸ ਫਿਲਮ ਦੇ ਵਿੱਚ ਬਹੁਤ ਸੋਹਣੀ ਗੱਲ ਕੀਤੀ ਆ ਵੀ ਜਦੋਂ ਉਹ, ਕਿਉਂਕਿ ਸੱਚਾ ਆਸ਼ਕ ਆ, ਉਹਦੀ ਉੱਥੇ ਲਿਵ ਲੱਗੀ, ਉਹਨੂੰ ਕੋਈ ਰੁਤਬੇ ਤੋਂ ਨਹੀਂ ਹੈਗਾ, ਉਹਦੇ ਕਿੱਥੇ ਕਿੱਥੇ ਕਿੰਨੀ ਦੁਨੀਆ ਉਹਨੂੰ ਸਨਮਾਨ ਕਰਦੀ ਆ, ਪਰ ਉਹਨੂੰ ਉੱਥੋਂ ਕੁਛ ਨਹੀਂ ਲੈਣ ਦੇਣਾ, ਉਹਦੀ ਤਾਂ ਲੱਗੀ ਹੋਈ ਉੱਥੇ ਆ ਉਹ। ਸੋ ਇੱਦਾਂ ਦੇ ਜਿਹੜੇ ਸੱਚੇ ਆਸ਼ਕ ਉਹਨਾਂ ਦੇ ਇੱਕ ਥਾਂ 'ਤੇ ਟਿਕ ਜਾਂਦੇ ਆ, ਉਹ ਫਿਰ ਕੁਦਰਤ ਵੀ ਨਾ, ਜਿਹੜੀ ਕੁਦਰਤ ਆ ਉਹ ਵੀ ਇਹ ਚੀਜ਼ਾਂ ਨੂੰ ਮਾਣਦੀ ਆ, ਉਹ ਵੀ ਚਾਹੁੰਦੀ ਆ ਕਿ ਆਸ਼ਕਾਂ ਦੇ ਵਿਹੜੇ 'ਚ ਜਾਵਾਂ ਮੈਂ, ਉੱਥੋਂ ਉਹਨੂੰ ਤ੍ਰਿਪਤੀ ਮਿਲਦੀ ਆ, ਤਾਂ ਹੀ ਤਪਦੇ ਹੋਏ ਮਾਰੂਥਲਾਂ ਦੇ ਵਿੱਚ ਤਾਂ ਹੀ ਬਰਸਾਤ ਹੁੰਦੀ ਆ, ਉਹ ਬਰਸਾਤ ਜਿਹੜੀ ਦੁਨੀਆ 'ਚ ਤਾਂ ਹੁੰਦੀ ਆ ਧਰਤੀ 'ਤੇ, ਪਰ ਇਸ ਰੂਹ ਦੇ ਉੱਤੇ ਵੀ ਹੁੰਦੀ ਆ, ਠੰਡ ਪਾਉਂਦੀ ਆ। ਸੋ ਬਹੁਤ ਵਧੀਆ ਗੱਲ ਕੀਤੀ ਆ, ਮੈਂ ਕਹਿੰਦੀ ਹਾਂ ਇਹਦਾ ਲੈਵਲ ਬਹੁਤ ਉੱਚਾ ਹੈ, ਇਹਨੂੰ ਸਮਝਣਾ ਛੋਟੀ ਮੋਟੀ ਹਸਤੀ ਦੀ ਗੱਲ ਨਹੀਂ ਹੈਗੀ, ਇਹਨੂੰ ਸਮਝਣਾ ਬਹੁਤ ਵੱਡੀ, ਜਿਹੜੇ ਜਿਹਨੇ ਕਦੇ ਉਸ ਲੈਵਲ ਤੱਕ ਪਹੁੰਚਿਆ ਹੈ, ਉਸ ਆਸ਼ਕੀ ਤੱਕ ਪਹੁੰਚਿਆ ਹੈ, ਉਹ ਇਸ ਫਿਲਮ ਦੇ ਵਿੱਚ ਮੈਂ ਕਹਿੰਦੀ ਹਾਂ ਇੱਕ ਮਿੱਕ ਹੋ ਜਾਂਦਾ ਹੈ। ਇੱਦਾਂ ਲੱਗਦਾ ਕਿ ਸ਼ਾਇਰ ਸੂਫੀ ਕਲਾਕਾਰ ਕਿਸੇ ਫਕੀਰ ਤੋਂ ਘੱਟ ਨਹੀਂ ਹੁੰਦੇ, ਉਹੀ ਗੱਲ ਇਹ ਫਿਲਮ 'ਚ ਵਿਖਾਈ ਗਈ ਹੈ। ਅਸੀਂ ਪਹਿਲਾਂ ਵੇਖਦੇ ਸੀ ਪਰ ਹੁਣ ਯਕੀਨ ਹੋ ਗਿਆ ਵੀ ਸੱਚੀ ਫਕੀਰ ਲੋਕ ਹੁੰਦੇ ਆ ਕਲਾਕਾਰ। ਸ਼ਾਇਰ ਬਹੁਤ ਤਰ੍ਹਾਂ ਦੇ ਹੁੰਦੇ ਆ, ਮੈਂ ਸ਼ਾਇਰ ਉਹਨਾਂ ਨੂੰ ਕਹਾਂਗੀ ਜਿਹੜੇ ਕੁਦਰਤ ਦੀ, ਸੱਚਾਈ ਦੀ, ਮੁਹੱਬਤ ਦੀ ਸੱਚੀ ਗੱਲ ਕਰਦੇ ਨੇ, ਜਿਹੜੀ ਸਿਰਫ ਸਮੇਂ ਦੇ ਨਾਲ ਆ ਗਿਆ, ਕੁਛ ਵੀ ਆ ਗਿਆ, ਟ੍ਰੈਂਡ ਆ ਗਿਆ, ਜੂ 'ਤੇ ਲਿਖਤਾ ਕੁਛ ਵੀ, ਹਾਲਾ ਲਾਲਾ ਕਰਤੀ, ਉਹ ਕਰਤੀ, ਉਹ ਚੀਜ਼ਾਂ ਚਲੋ ਠੀਕ ਆ, ਉਹ ਸਮੇਂ ਦੇ ਨਾਲ ਠੀਕ ਲੱਗਦੀਆਂ, ਪਰ ਰੂਹ ਨੂੰ ਸਕੂਨ ਦੇਣ ਵਾਲੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ ਸ਼ਿਵ ਕੁਮਾਰ ਨੇ ਲਿਖਿਆ ਹੈ,
ਸਰਤਾਜ ਹੁਣੇ ਲਿਖਦੇ ਨੇ, ਬੇਬੀ ਮਖਸੂਸਪੁਰੀ ਹੁਣੇ ਲਿਖਦੇ ਨੇ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਠੰਡ ਪਾਉਂਦੀਆਂ ਨੇ ਤੁਹਾਡੇ ਸੀਨੇ ਦੇ ਵਿੱਚ। ਮੈਨੂੰ ਕਿਉਂ ਲੱਗਦਾ ਕਿ ਤੁਸੀਂ ਲਿਖਦੇ ਹੋ, ਚਾਹੇ ਨਹੀਂ ਕਿਸੇ ਨੂੰ ਹਾਲੇ ਤੁਸੀਂ ਦੱਸਿਆ, ਪਰ ਤੁਸੀਂ ਆਪਣੇ ਲਈ ਆਪਣੀ ਰੂਹ ਲਈ ਤੁਸੀਂ ਲਿਖਦੇ ਹੋ? ਵੀ ਕੁਛ ਵੀ ਲਿਖਦੀ ਹਾਂ ਅਤੇ ਉਹ ਮੈਂ ਆਪਣੇ ਲਈ ਲਿਖਦੀ ਹਾਂ, ਜੋ ਵੀ ਮੈਨੂੰ ਇਸ ਦੁਨੀਆ 'ਚ ਦਿਖਦਾ ਹੈ, ਜੋ ਰੂਹ ਨੂੰ ਮਹਿਸੂਸ ਹੁੰਦਾ ਅੰਦਰ। ਨਾ ਤੁਸੀਂ ਗੱਲ ਕੀਤੀ ਸੀਗੀ ਵੀ ਸੂਫੀ ਫਕੀਰ ਤੋਂ ਘੱਟ ਨਹੀਂ ਹੁੰਦੇ, ਇਹ ਸੂਫੀ ਹੁੰਦੇ ਨੇ। ਸੂਫੀ ਦਾ ਮਤਲਬ ਹੁੰਦਾ ਜਿਹੜਾ ਸਾਰੇ ਧਰਮਾਂ ਤੋਂ ਇਸ ਥਾਂ ਤੋਂ ਉੱਪਰ ਉੱਠ ਜਾਵੇ ਨਾ, ਜਿਹਨੂੰ ਸਾਰਾ ਕੁਛ ਇਸ਼ਕ ਹੀ ਨਜ਼ਰ ਆਵੇ, ਜ਼ਰੇ ਜ਼ਰੇ 'ਚੋਂ ਆਪਣਾ ਮਹਿਬੂਬ ਮੁਹੱਬਤ ਨਜ਼ਰ ਆਵੇ, ਉਹ ਸੂਫੀ ਹੋ ਜਾਂਦਾ ਹੈ। ਸੋ ਜਿਹੜੇ ਸੱਚੇ ਉਹਨਾਂ ਦੇ ਅੰਦਰ ਜਦੋਂ ਸ਼ਾਇਰੀ ਉਤਰਦੀ ਆ ਉਹ ਫਿਰ ਇਲਹਾਮ ਹੁੰਦਾ ਹੈ, ਉਹ ਕੁਦਰਤ ਇਲਹਾਮ ਫਿਰ ਉਹਨੂੰ ਜਿਹੜਾ ਹੁੰਦਾ ਨਾ ਫਿਰ ਉਹ ਲਿਖਦਾ ਹੈ ਅਤੇ ਕੁਦਰਤ ਦੇ ਵਿੱਚ ਚੀਜ਼ ਜਾਂਦੀ ਆ, ਕੁਦਰਤ ਵੀ ਨਿਹਾਲ ਹੋ ਜਾਂਦੀ ਆ। ਅਤੇ ਸੱਚੀ ਉਹ ਕਿਸੇ ਸੂਫੀ ਫਕੀਰਾਂ ਤੋਂ ਘੱਟ ਨਹੀਂ ਹੁੰਦੇ। ਸੰਗੀਤਕਾਰ ਵੀ ਜਿਹੜਾ ਗਾਉਂਦਾ ਹੈ ਉਹ ਵੀ ਜਦੋਂ ਸੁਰ ਨੂੰ ਸਾਧਦਾ ਉਹ ਇੱਕ ਥਾਂ 'ਤੇ ਫੋਕਸ ਹੋ ਜਾਂਦਾ ਹੈ, ਉਹ ਦੁਨੀਆ ਦੇ ਭਟਕਾਅ ਤੋਂ ਸਿਰਫ ਸੁਰ ਦੇ ਵਿੱਚ ਸਾਧਨਾ ਕਰਕੇ ਸੁਰ 'ਚ ਇੱਕ ਮਿੱਕ ਹੋ ਜਾਂਦਾ ਹੈ, ਉਹ ਵੀ ਕਿਸੇ ਸੂਫੀ ਫਕੀਰ ਤੋਂ ਘੱਟ ਨਹੀਂ ਹੁੰਦਾ, ਉਹ ਵੀ ਜਦੋਂ ਕਿਸੇ ਨੂੰ ਦੁਆ ਜਾਂ ਬਦਦੁਆ ਦੇ ਦਿੰਦਾ ਪੂਰੀ ਹੋ ਜਾਂਦੀ ਆ। ਪਰ ਦੇਬੀ ਮਖਸੂਸਪੁਰੀ ਸਾਹਿਬ ਦਾ ਜ਼ਿਕਰ ਕੀਤਾ ਗਾ, ਉਹ ਇੱਕ ਵਾਰੀ ਦੱਸ ਰਹੇ ਸੀ, ਕਹਿੰਦੇ ਨਾ ਮੈਨੂੰ ਸਰਦੂਲ ਸਿਕੰਦਰ ਭਾਈ ਮੈਨੂੰ ਦੇਵ ਕਹਿੰਦੇ ਹੁੰਦੇ ਸੀਗੇ, ਉਹ ਬੜੇ ਇਮੋਸ਼ਨਲ ਵੀ ਹੋ ਜਾਂਦੇ ਨੇ ਸੁਣ ਕੇ, ਕਹਿੰਦੇ ਮੈਨੂੰ ਇਕੱਲੇ ਉਹਨਾਂ ਵੱਲੋਂ ਦੇਵ ਕਿਹਾ ਜਾਂਦਾ ਸੀ, ਕਹਿੰਦੇ ਮੈਨੂੰ ਸਾਰੇ ਦੇਬੀ ਦੇਬੀ ਕਹਿੰਦੇ ਸੀ। ਅੱਜ ਵੀ ਸਰਦੂਲ ਜੀ ਦੇ ਫੋਨ ਦੇ ਵਿੱਚ ਨਾ ਦੇਵ ਕਰਕੇ ਉਹਨਾਂ ਦਾ ਨੰਬਰ ਫੀਡ ਹੋਇਆ ਪਿਆ, ਅਤੇ ਉਹੀ ਜਦੋਂ ਨਾ ਮੈਂ ਦੇਬੀ ਭਾਜ ਦਾ ਨੰਬਰ ਲੱਭ ਰਹੀ ਸੀਗੀ, ਮੈਨੂੰ ਨੰਬਰ ਲੱਭੇ ਨਾ, ਫਿਰ ਮੈਂ ਮੇਰੇ ਦਿਮਾਗ 'ਚ ਇੱਕਦਮ ਆਇਆ ਕਿ ਸਰਦੂਲ ਹੋਣੀ ਦੇਵ ਕਹਿੰਦੇ ਹੁੰਦੇ ਸੀ ਭਾਅ ਜੀ ਨੂੰ ਨਾ, ਫਿਰ ਮੈਂ ਦੇਵ ਦੇ ਨਾਮ ਤਾਂ ਲੱਭਿਆ ਉਹਨਾਂ ਦੇ ਫੋਨ 'ਚੋਂ, ਫਿਰ ਮੈਨੂੰ ਫੋਨ ਨੰਬਰ ਲੱਭਿਆ ਭਾਅ ਜੀ ਦਾ। ਭਾਅ ਜੀ ਨਾਲ ਗੱਲ ਹੋਈ ਉਹਨਾਂ ਨਾਲ? ਹਾਂ ਹਾਂ, ਉਹ ਤਾਂ ਹੁੰਦੀ ਰਹਿੰਦੀ, ਉਹ ਤਾਂ ਫੈਮਿਲੀ ਆ ਸਾਡੀ, ਗੱਲ ਹੁੰਦੀ ਰਹਿੰਦੀ ਆ। ਇਹ ਜਿਹੜੇ ਲੋਕ ਨੇ ਇਹ ਤਾਂ ਰੱਬ ਲੋਕ ਨੇ, ਅਤੇ ਇਹਨਾਂ ਦੇ ਤਾਂ ਇਹੋ ਜਿਹੇ ਲੋਕਾਂ ਦੇ ਤਾਂ ਦੀਦਾਰ ਹੋ ਜਾਣ ਤਾਂ ਬਹੁਤ ਵੱਡੀ ਗੱਲ ਹੁੰਦੀ ਆ। ਇਹ ਸਾਡੇ ਇਹ ਤਾਂ ਜਿਹੜੀ ਅੱਜ ਦੀ ਜਨਰੇਸ਼ਨ ਇਹਨਾਂ ਨੂੰ ਸੁਣ ਰਹੀ ਆ ਬੜੀ ਭਾਗਾਂ ਵਾਲੀ ਆ। ਸੋ ਮੈਂ ਤਾਂ ਇਹੀ ਕਹਿੰਦੀ ਕਿ ਮੇਰੀ ਤਾਂ ਪਸੰਦ ਆ, ਜਿਵੇਂ ਵੀਰ ਸਿੰਘ ਆ ਬਹੁਤ ਰੂਹਾਨਿਤ ਗੀਤ ਲਿਖਦੇ ਨੇ ਉਹ ਵੀ, ਅਤੇ ਸਰਤਾਜ ਹੋਣੀ ਅਤੇ ਬੀ ਮਖਸੂਸਪੁਰੀ ਜੀ, ਮੈਂ ਇਹਨਾਂ ਨੂੰ ਜ਼ਿਆਦਾ ਸੁਣਦੀ ਹਾਂ ਇਹਨਾਂ ਨੂੰ। ਜਦੋਂ ਮੈਂ ਇਕੱਲੀ ਬੈਠੀ ਹੁੰਦੀ ਨਾ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਦੇ ਵਿੱਚ ਅਤੇ ਮੈਂ ਇਹਨਾਂ ਲੋਕਾਂ ਨੂੰ ਸੁਣਦੀ ਹਾਂ। ਚੰਗਾ ਲੱਗਿਆ, ਥੈਂਕ ਯੂ। ਫਿਲਮ ਵੇਖ ਕੇ ਆਇਆ ਸ਼ਾਇਰ, ਅਤੇ ਸਾਡੇ ਨਾਲ ਮਤੋਈ ਘਰਿਆਣੇ 'ਚੋਂ ਸਾਡੇ ਨਾਲ ਮੌਜੂਦ ਨੇ ਭਾਜੀ। ਮਲੇਰਕੋਟਲੇ ਦਾ ਪਰ ਅੱਜ ਦੀਦਾਰ ਤੁਹਾਡਾ ਪਹਿਲੀ ਵਾਰੀ ਹੋਇਆ ਮਤੋਈ ਘਰਿਆਣੇ 'ਚੋਂ, ਹੈ ਨਾ? ਤੁਸੀਂ ਸਾਨੂੰ ਬੜਾ ਮਾਣ ਵੀ ਮਹਿਸੂਸ ਹੁੰਦਾ ਆਪਣੇ ਸ਼ਹਿਰ ਦੇ। ਜੀ ਬਿਲਕੁਲ ਜੀ, ਤੁਹਾਡੀ ਮਿਹਰਬਾਨੀ ਹੈ ਜੀ, ਤੁਸੀਂ ਮੇਰੇ ਸ਼ਹਿਰ ਦੇ ਹੋ, ਭਰਾ ਹੋ, ਅਤੇ ਸ਼ਾਇਰ ਫਿਲਮ ਬੜੀ ਅੱਛੀ ਫਿਲਮ ਆ, ਜਿੱਥੇ ਮਿਊਜ਼ਿਕ ਵੀ ਆ, ਸ਼ਾਇਰੀ ਵੀ ਆ, ਪਿਆਰ ਵੀ ਆ, ਇਮੋਸ਼ਨਲ ਵੀ ਆ, ਸਾਰਾ ਕੁਛ ਆ, ਬੜੀ ਬਾ ਕਮਾਲ ਮੂਵੀ ਆ, ਅਤੇ ਤੁਸੀਂ ਇਹਨੂੰ ਸਾਰੇ ਦੇਖੋ, ਦੇਖ ਕੇ ਫੈਮਲੀ ਨੂੰ ਨਾਲ ਲੈ ਕੇ ਆਵੋ, ਜ਼ਰੂਰ ਤੁਹਾਨੂੰ ਇਸ ਫਿਲਮ 'ਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇ। ਮਤਲਬ ਵਧੀਆ ਚੀਜ਼ ਲੱਗੀ ਕਿ ਕਬਾਲੀ ਕਿਤੇ ਨਾ ਕਿਤੇ ਨਾ ਅੱਖੋਂ ਪਰੋਖੇ ਕੀਤੀ ਜਾਂਦੀ ਸੀ, ਹੈ ਨਾ? ਸਾਰੇ ਮਿਊਜ਼ਿਕ ਨੂੰ ਤਾਂ ਕੀਤਾ ਸੀ ਪਰ ਕਬਾਲੀ ਨੂੰ ਲੋਕ ਭੁੱਲਦੇ ਜਾ ਰਹੇ ਸੀਗੇ, ਇਸ ਫਿਲਮ 'ਚ ਕਬਾਲੀ ਨੂੰ ਤਵੱਜੋ ਦਿੱਤੀ ਗਈ ਆ, ਤੁਸੀਂ ਉਹ ਚੀਜ਼ ਨੂੰ ਕਿੱਦਾਂ? ਜੀ ਬਿਲਕੁਲ, ਕਬਾਲੀ ਨੂੰ ਥੋੜ੍ਹਾ ਜਿਹਾ ਜਿਹੜੀ ਕਬਾਲੀ ਵਾਲਾ ਗਾਇਕੀ ਆ ਉਹ ਥੋੜ੍ਹੀ ਪਿੱਛੇ ਜਾ ਰਹੀ ਸੀ, ਹੁਣ ਮੇਰੇ ਖਿਆਲ 'ਚ ਇਹ ਸੁਣਨ ਤੋਂ ਬਾਅਦ ਕਬਾਲੀ ਵੀ ਬੜੀ ਅੱਗੇ ਆਊਗੀ। ਅਸਲੀ ਸ਼ਾਇਰੀ ਆ ਜਿਹੜੀ ਉਹ ਮੇਰੇ ਖਿਆਲ 'ਚ ਕਬਾਲੀ ਦੇ ਰਾਹੀਂ ਹੀ ਅੱਗੇ ਆ ਸਕਦੀ। ਜੀ ਮਤਲਬ ਕਿ ਕਿਉਂ ਲੋਕ ਇਹ ਕਬਾਲੀ ਵੱਲ ਹੁਣ ਘੱਟ ਆ ਰਹੇ ਹੈਗੇ, ਹਰ ਕਿਸੇ ਦੇ ਬਸ ਦੀ ਗੱਲ ਨਹੀਂ? ਨਹੀਂ ਇੱਦਾਂ ਨਹੀਂ, ਸੁਣਦੇ ਹੀ ਬਹੁਤ ਲੋਕ, ਇੱਕ ਤਾਂ ਵੈਸੇ ਉਹਨਾਂ ਦੇ ਜ਼ਿਆਦਾ ਹੈਗਾ ਪਰ ਹੁਣ ਸੁਣਾਉਣ ਵਾਲੇ ਘੱਟ ਰਹੇ ਗਏ। ਗਾਉਣ ਵਾਸਤੇ ਹਰ ਇੱਕ ਦੇ ਬਸ ਦੀ ਗੱਲ ਨਹੀਂ, ਸਕੇਲ ਵੀ ਉੱਚਾ, ਸਕੇਲ ਦੇ ਨਾਲ ਨਾਲ, ਕਿਉਂਕਿ ਇਹਦੇ ਵਿੱਚ ਕਬਾਲੀ ਵਿੱਚ ਸ਼ਬਦ ਪ੍ਰਧਾਨ ਹੁੰਦਾ, ਮੈਟਰ ਪ੍ਰਧਾਨ ਹੁੰਦਾ, ਮਤਲਬ ਮਿਊਜ਼ਿਕ ਦੀ ਜ਼ਰੂਰਤ ਹੈ, ਮਤਲਬ ਇੰਨੀ ਨਹੀਂ, ਸ਼ਬਦਾਂ ਦੀ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਜ਼ਰੂਰਤ ਪੈਂਦੀ ਆ।
ਅਤੇ ਉਹ ਸ਼ਬਦ ਯਾਦ ਰੱਖਣ ਵਾਸਤੇ ਤੁਹਾਨੂੰ ਜ਼ਿਹਨ ਦੀ ਜ਼ਰੂਰਤ ਪੈਂਦੀ ਹੈ, ਅਤੇ ਜਿਹਦੇ ਕੋਲ ਜ਼ਿਹਨ ਹੈ ਫਿਰ ਉਹ ਇੱਕ ਅੱਛਾ ਕਵਾਲੀ ਬਣ ਸਕਦਾ। ਕਬਾਲੀ ਦੀ ਖਾਸ ਗੱਲ ਹੈ ਨਾ, ਜਦੋਂ ਅਸੀਂ ਕੋਈ ਵੀ ਗੀਤ ਗਾਉਂਦੇ ਹਾਂ ਉਹਦੇ ਵਿੱਚ ਅਸੀਂ ਕਿਸੇ ਦਾ ਵਿਰੋਧ ਵੀ ਕਰ ਦਿੰਦੇ ਹਾਂ, ਕਬਾਲੀ ਤਾਂ ਮੁਹੱਬਤ ਦੇ ਵੰਡਦੀ ਆ, ਉਹ 'ਚ ਕੋਈ ਕਿਸੇ ਨੂੰ ਇੱਦਾਂ ਨਹੀਂ ਕੀਤਾ ਜਾਂਦਾ ਕਿਸੇ ਦੇ ਨਾਲ। ਅੱਲਾਹ ਦੇ ਨਾਲ, ਅੱਲਾਹ ਦੇ ਨਬੀ ਦੇ ਨਾਲ, ਰੱਬ ਦੇ ਨਾਲ ਤੁਹਾਨੂੰ ਜੋੜਦੀ ਆ, ਇੱਕ ਤੁਹਾਡੀ ਸੱਚੀ ਅਤੇ ਸੁੱਚੀ ਤਾਰ ਉਸ ਪਰਮਾਤਮਾ ਦੇ ਨਾਲ ਜੁੜਦੀ ਆ, ਉਹ ਕਬਾਲੀ ਦੇ ਰਾਹੀਂ ਆਪਦੇ ਮੁਰਸ਼ਿਦ ਦੇ ਨਾਲ ਤੁਹਾਨੂੰ ਜੋੜਦੀ ਆ। ਫਿਲਮ ਦਾ ਹਿੱਸਾ ਬਣ ਕੇ ਕਿਉਂ ਚੱਲੇ? ਬਹੁਤ ਖੁਸ਼ੀ ਮਿਲੀ ਆ ਜੀ, ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇੱਦਾਂ ਹੋਊਗਾ, ਮੈਂ ਸੋਚਿਆ ਸੀ ਇੱਦਾਂ ਨਹੀਂ ਸੋਚਿਆ ਸੀ ਵੀ ਇੰਨੀ ਛੇਤੀ ਹੋ ਜੂ ਔਰ ਇੰਨੇ ਬੰਦਿਆਂ ਦਾ ਹੋ ਜੂਗਾ। ਅਤੇ ਸਾਰੀ ਨੀਰੂ ਬਾਜੋ ਪ੍ਰੋਡਕਸ਼ਨ ਦੀ, ਉਹਦੇ ਸਰ ਦੀ, ਜਗਦੀਪ ਬਾਈ ਦੀ, ਸਰਤਾਜ ਸਰ ਉਹਨਾਂ ਦੀ, ਸਾਰਿਆਂ ਦੀ ਮਿਹਰਬਾਨੀ ਆ, ਉਹਨਾਂ ਨੇ ਬੁਲਾਇਆ, ਪਿਆਰ ਦਿੱਤਾ ਅਤੇ ਇਹ ਸਮਝਿਆ ਕਿ ਇਹ ਕੰਮ ਨੂੰ ਨਿਭਾ ਸਕਦੇ ਨੇ। ਅਤੇ ਸਰਤਾਜ ਹੋਰਾਂ ਜਦੋਂ ਮਿਲੇ, ਉਹਨਾਂ ਨਾਲ ਮਿਲਣੀ ਕਿਹੋ ਜਿਹੀ ਸੀ ਜਾਂ ਉਹਨਾਂ ਨਾਲ ਮਿਲ ਕੇ ਕੀ? ਬਹੁਤ ਸੋਹਣੀ ਮਿਲਣੀ ਹੋਈ, ਉਹਨਾਂ ਨੇ ਬਹੁਤ ਪਿਆਰ ਕੀਤਾ, ਉਹਨਾਂ ਨੇ ਸ਼ੂਟ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਦੁਬਾਰੇ ਬੁਲਾਇਆ, ਅਤੇ ਦੁਬਾਰੇ ਬੁਲਾਉਣ ਤੋਂ ਬਾਅਦ ਮੈਂ ਅੱਜ ਤੁਹਾਨੂੰ ਦੱਸਦਾ, ਉਹਨਾਂ ਨੇ ਉੱਥੇ ਬੁਲਾ ਕੇ, ਚੰਡੀਗੜ੍ਹ ਸ਼ੂਟ ਹੋ ਰਿਹਾ ਸੀਗਾ ਉਹ, ਮੈਨੂੰ 51,000 ਰੁਪਇਆ ਸਪੈਸ਼ਲ ਇਨਾਮ ਵੀ ਦਿੱਤਾ। ਤੋਂ ਮੇਰੇ ਕੋਲ ਫੋਟੋ ਵੀ ਹੈਗੀ ਕਿ ਇਹ ਤੁਹਾਡਾ ਤੇਰਾ ਪਿਆਰ ਆ, ਤੇਰੇ ਬੱਚਿਆਂ ਲਈ ਪਿਆਰ ਆ, ਤੇਰੇ ਲਈ ਆ, ਕਿ ਉੱਥੇ ਆਪਾਂ ਨਹੀਂ ਕਰ ਸਕੇ। ਪੇਮੈਂਟ ਤੋਂ ਜੁਦਾ ਮੈਨੂੰ ਉਹ ਮਿਲਿਆ, ਉਹ ਜਿਹੜਾ ਉਹ ਸੀ ਉਹ ਮੇਰੇ ਲਈ ਬਹੁਤ ਵੱਡਾ ਇੱਕ ਅਵਾਰਡ ਆ। ਉਹ ਹਲੀਮੀ ਬਹੁਤ ਆ ਉਹਨਾਂ ਦੇ, ਬਹੁਤ ਜ਼ਿਆਦਾ ਫਕੀਰ ਬੰਦੇ ਆ ਜੀ। ਬਿਲਕੁਲ, ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ, ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ, ਸਾਡੀ ਜਿੰਦ ਤੇਰੇ ਦਰ ਦੀ, ਸਾਡੀ ਜਿੰਦ ਤੇਰੇ ਦਰ ਦੀ, ਮੂਰੀ ਈਦ ਹੋ ਗਈ ਏ ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ, ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ। ਥੈਂਕ ਯੂ ਬਾਈ, ਥੈਂਕ ਯੂ। ਦੋਸਤੋ, ਕਹਿੰਦੇ ਮੁਹੱਬਤ ਬੰਦੇ ਨੂੰ ਆਸ਼ਕ ਬਣਾ ਦਿੰਦੀ ਆ ਜਾਂ ਸ਼ਾਇਰ ਬਣਾ ਦਿੰਦੀ ਆ। ਇਹ ਕਹਾਣੀ ਕਹਿੰਦੀ ਆ ਜੀ, ਸੱਤੇ ਅਤੇ ਸੀਰੂ ਦੀ ਕਹਾਣੀ। ਸ਼ਾਇਰ ਫਿਲਮ ਰਿਲੀਜ਼ ਹੋ ਗਈ, ਕਮਾਲ ਦੀ ਫਿਲਮ ਆ। ਹੀਰ ਰਾਂਝਾ, ਮਿਰਜ਼ਾ ਸਾਹਿਬ ਅਸੀਂ ਵੇਖੇ ਨੇ, ਅਤੇ ਹੁਣ ਇੱਕ ਹੋਰ ਜੋੜੀ, ਸੱਤੇ ਅਤੇ ਸੀਰੂ ਦੀ ਜੋੜੀ ਸਾਡੇ ਸਿਰ ਚੜ੍ਹ ਕੇ ਬੋਲੇਗੀ। ਕਮਾਲ ਦੀ ਕਹਾਣੀ ਆ, ਮੁਹੱਬਤ ਦੇ ਵਿੱਚ ਭਰੀ ਫਿਲਮ ਆ, ਸ਼ਾਇਰ ਫਿਲਮ। ਅਦਾਕਾਰੀ ਬਹੁਤ ਕਮਾਲ ਦੀ ਆ, ਸਕਰੀਨ ਪਲੇ ਬਹੁਤ ਕਮਾਲ ਦਾ, ਨੀਰੂ ਬਾਜਵਾ ਹੋਰਾਂ ਨੇ ਬਹੁਤ ਕਮਾਲ ਦੀ ਅਦਾਕਾਰੀ ਕੀਤੀ ਆ, ਸਾਨੂੰ ਭਾਵੁਕ ਵੀ ਕਰਨਗੇ, ਇਮੋਸ਼ਨਲ ਕਰਨਗੇ। ਉੱਥੇ ਹੀ ਸਤਿੰਦਰ ਸਰਤਾਜ ਹੋਰਾਂ ਦੀ ਅਦਾਕਾਰੀ ਵੀ ਬਾ ਕਮਾਲ ਦੀ ਆ। ਇਹਨਾਂ ਦੀ ਅਦਾਕਾਰੀ ਵੇਖਣ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਮੂੰਹ 'ਚੋਂ ਵਾਹ ਵਾਹ ਨਿਕਲਣਾ ਲਾਜ਼ਮੀ ਆ, ਕਿਉਂਕਿ ਇੰਨਾ ਕੁ ਖੁੱਭ ਕੇ ਇਸ ਅਦਾਕਾਰੀ ਨੂੰ ਕੀਤਾ ਗਿਆ ਕਿ ਸਾਨੂੰ ਕਿਤੇ ਵੀ ਨੀਰੂ ਬਾਜਵਾ ਜਾਂ ਸਤਿੰਦਰ ਸਰਤਾਜ ਨਜ਼ਰ ਨਹੀਂ ਆਉਣਗੇ, ਬਲਕਿ ਸੱਤਾ ਅਤੇ ਸੀਰੋ ਹੀ ਨਜ਼ਰ ਆਉਣਗੇ ਸਾਨੂੰ ਇਸ ਫਿਲਮ ਦੇ ਵਿੱਚ। ਪੂਰੀ ਪਿਆਰ ਦੀ ਕਹਾਣੀ ਆ, ਮੁਹੱਬਤ ਨੂੰ ਵੰਡਦੀ ਕਹਾਣੀ ਆ। ਸ਼ਾਇਰੀ ਨੂੰ ਬਿਆਨ ਕੀਤਾ ਗਿਆ, ਇੱਕ ਮਿਊਜ਼ਿਕ ਨੂੰ ਬਿਆਨ ਕੀਤਾ ਗਿਆ, ਸੰਗੀਤ ਨੂੰ ਬਿਆਨ ਕੀਤਾ ਗਿਆ। ਪਰਿਵਾਰਕ ਕਹਾਣੀ ਆ, ਆਪਣੇ ਪਰਿਵਾਰਾਂ ਨਾਲ ਆਓ ਅਤੇ ਇਸ ਫਿਲਮ ਨੂੰ ਵੇਖੋ, ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ, ਕਿਉਂਕਿ ਅੱਜ ਦੇ ਟਾਈਮ 'ਚ ਇਹੋ ਜਿਹੀਆਂ ਫਿਲਮਾਂ ਦਾ ਬਾਨਾ ਬਹੁਤ ਜ਼ਰੂਰੀ ਆ। ਬਹੁਤ ਤਰੀਕੇ ਦੀਆਂ ਅਸੀਂ ਕਾਮੇਡੀ ਫਿਲਮਾਂ ਵੇਖਦੇ ਹਾਂ, ਐਕਸ਼ਨ ਫਿਲਮਾਂ ਵੇਖਦੇ ਹਾਂ, ਹਰ ਫਿਲਮ ਦਾ ਬਾਨਾ ਜ਼ਰੂਰੀ ਆ, ਪਰ ਕਿਤੇ ਕੁ ਤਾਈਂ ਰੱਬੀ ਸਬੱਬੀ ਸ਼ਹਿਰ ਵਰਗੀ ਫਿਲਮ ਬਣਦੀ ਆ, ਅਤੇ ਜਦੋਂ ਇੱਦਾਂ ਦੀ ਫਿਲਮ ਬਣੇ ਤਾਂ ਸਾਡਾ ਵੇਖਣਾ ਲਾਜ਼ਮੀ ਹੋ ਜਾਂਦਾ, ਕਿਉਂਕਿ ਹੋਰ ਬਿਹਤਰੀਨ ਸਿਨੇਮੇ ਦੇ ਲਈ ਇੱਦਾਂ ਦੀਆਂ ਫਿਲਮਾਂ ਬਣਾਈਆਂ ਜਾ ਸਕਣ। ਕਿਉਂਕਿ ਜੇ ਇੱਦਾਂ ਦੀਆਂ ਫਿਲਮਾਂ ਬਣਨਗੀਆਂ ਤਾਂ ਇੱਕ ਸਾਡਾ ਸਿਨੇਮਾ ਜਿਹੜਾ ਹੋਰ ਗਰੋ ਕਰ ਸਕਦਾ, ਸਾਡੇ ਸਿਨੇਮੇ ਨੂੰ ਹੋਰ ਬਹੁਤ ਜ਼ਿਆਦਾ ਬਿਹਤਰੀਨ ਸਬਜੈਕਟ ਮਿਲਣਗੇ, ਬਿਹਤਰੀਨ ਕਹਾਣੀਆਂ ਮਿਲਣਗੀਆਂ ਜੇ ਅਸੀਂ ਇਸ ਫਿਲਮ ਨੂੰ ਵੇਖਾਂਗੇ। ਫਿਲਮ ਦੇ ਇਕੱਲੇ ਇਕੱਲੇ ਪਾਤਰ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਆਪਣੀ ਅਦਾਕਾਰੀ ਵਿਖਾਈ ਗਈ ਆ। ਸੋ ਦੋਸਤੋ, ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਵੇਖੋ ਅਤੇ ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ। ਸ਼ਾਇਦ